ਵੀਡੀਓ ਸਾਹਿਬ ਅੱਜ ਬਾਹਰ ਧਰਨਾ ਲੱਗਿਆ, ਦੋਸ਼ ਲਾ ਰਹੇ ਨੇ ਵੀ ਸਾਨੂੰ NOC ਆ ਚੁੱਲ੍ਹਾ ਟੈਕਸ ਦੀ ਰਸੀਦ ਨਹੀਂ ਕੋਈ ਦਿੰਦੇ। ਅੱਜ ਬੇਨਤੀ ਹੈ ਜੀ, 27 ਤਰੀਕ ਤੋਂ ਨੋਮੀਨੇਸ਼ਨ ਸ਼ੁਰੂ ਹੋਈਆਂ ਨੇ। ਅਸੀਂ ਸ਼ਨੀ ਐਤਵਾਰ ਵੀ ਫੁੱਲ ਡੇ ਲਾਇਆ, ਦੋ ਛੁੱਟੀਆਂ ਸੀ 2 ਅਤੇ 3 ਤਰੀਕ ਦੀਆਂ, ਉਸ ਦਿਨ ਵੀ ਫੁੱਲ ਡੇ ਲਾਇਆ। ਕੱਲ੍ਹ ਸ਼ਾਮ ਤੱਕ ਦੀ ਸਾਡੇ ਕੋਲ ਕੋਈ ਪੈਂਡੈਂਸੀ ਨਹੀਂ, ਕੋਈ ਵੀ ਵਿਅਕਤੀ ਅਜਿਹਾ ਨਹੀਂ ਜਿਹਦੇ ਕੋਲ, ਜਿਹਨੂੰ ਅਸੀਂ NOC ਨਾ ਦਿੱਤੀ ਹੋਵੇ। ਕੱਲ੍ਹ ਸ਼ਾਮ ਤੱਕ ਜਿੰਨੇ ਵੀ ਸਾਡੇ ਕੋਲ ਆਏ ਸੀ ਉਹਨਾਂ ਨੂੰ ਅਸੀਂ NOC ਦਿੱਤੀ। ਅਸੀਂ ਚਲੋ ਇਹ ਵੀ ਕਿਹਾ, ਕਿਉਂਕਿ ਦੋ ਆਪਸ਼ਨਸ ਹੁੰਦੀਆਂ ਨੇ, ਇੱਕ ਸਿੱਧਾ ਐਫੀਡੇਵਿਟ ਲਾ ਕੇ ਫਾਰਮ ਭਰ ਦੇਣਾ, ਇੱਕ NOC ਲੈ ਕੇ ਫਾਰਮ ਭਰ ਦੇਣਾ। ਜਿਹੜੇ ਪਹਿਲਾਂ ਪੰਚ ਸਰਪੰਚ ਨਹੀਂ ਰਹੇ ਹੁੰਦੇ ਉਹ ਸਿੱਧਾ ਐਫੀਡੇਵਿਟ ਲਾ ਕੇ ਵੀ ਫਾਰਮ ਭਰ ਸਕਦੇ ਆ, ਉਹਨਾਂ ਲਈ ਸੌਖਾ ਹੁੰਦਾ। ਸੋ ਅਸੀਂ ਜਿਹੜੇ ਵੀ ਸਾਡੇ ਕੋਲ ਆਈਆਂ ਨੇ, ਕੱਲ੍ਹ ਤੱਕ ਸਾਡਾ ਸਾਰਾ ਡਿਸਪੋਜ਼ਡ ਆਫ ਆ। ਅਸੀਂ 180 ਪਲੱਸ ਜਿਹੜੀਆਂ ਸੀ NOC ਦੇਤੀਆਂ ਸੀ ਕੱਲ੍ਹ ਤੱਕ। ਅੱਜ ਵੀ ਜਿਹੜੇ ਸਾਡੇ ਕੋਲ ਆ ਰਿਹਾ, ਜੇ ਹੁਣ ਕਹੇ ਵੀ 5 ਮਿੰਟਾਂ 'ਚ NOC ਮਿਲ ਜਾਏਗੀ, 5 ਮਿੰਟਾਂ 'ਚ ਤਾਂ ਨਹੀਂ ਮਿਲਦੀ। ਸਾਡੀ ਪ੍ਰੋਸੈਸ ਹੁੰਦੀ ਹੈ, ਡਾਇਰੀ ਹੋਣ ਤੋਂ ਬਾਅਦ ਪੰਚਾਇਤ ਸੈਕਟਰੀ ਨੇ ਰਿਪੋਰਟ ਕਰਨੀ ਹੁੰਦੀ ਹੈ, ਪ੍ਰਬੰਧਕ ਨੇ ਕਰਨੀ ਹੁੰਦੀ ਹੈ, JEE ਨੇ ਕਰਨੀ ਹੁੰਦੀ ਹੈ, ਪੰਚਾਇਤ ਅਫਸਰ ਨੇ ਕਰਨੀ ਹੁੰਦੀ ਹੈ, ਉਸ ਤੋਂ ਬਾਅਦ ਅਸੀਂ ਸਰਟੀਫਿਕੇਟ ਜਾਰੀ ਕਰਦੇ ਹਾਂ। ਅਸੀਂ ਸਵੇਰ ਦੇ ਮੇਰੇ ਖਿਆਲ 25 ਦੇ ਕਰੀਬ ਹੋ ਗਏ ਆਪਣੇ, ਅਸੀਂ 25 ਦੇ ਕਰੀਬ ਜਿਹੜੇ ਨੇ ਸਵੇਰ ਦੇ ਸਰਟੀਫਿਕੇਟ ਜਾਰੀ ਕਰ ਚੁੱਕੇ ਹਾਂ। ਜਿੰਨੇ ਵੀ ਸਾਡੇ ਕੋਲ ਆਈ ਜਾ ਰਹੇ ਆ, ਹੁਣ ਸਾਡੇ ਕੋਲ ਇਸ ਵੇਲੇ ਕੋਈ ਪੈਂਡਿੰਗ ਨਹੀਂ। ਆ ਲਾਸਟ 2 ਮੇਰੇ ਕੋਲ ਜਿਹੜੇ ਹੁਣੇ ਸਾਈਨ ਹੋਏ ਆ, ਜਿਹੜੇ ਕੰਪਲੀਟ ਨੇ, ਕੁਝ ਜਿਹੜੇ ਇਨਕੰਪਲੀਟ ਲੈ ਕੇ ਆਉਂਦੇ ਉਹਨਾਂ ਨੂੰ ਕੰਪਲੀਟ ਕਰਨ ਲਈ ਪੰਚਾਇਤ ਸੈਕਟਰੀ PO ਕੋਲ ਸਾਨੂੰ ਦੁਬਾਰਾ ਭੇਜਣਾ ਪੈਂਦਾ। ਇਸ ਕਰਕੇ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਨਹੀਂ ਦਿੱਤੀ ਜਾ ਰਹੀ, ਪਰ ਅਸੀਂ ਉਹਨਾਂ ਨੂੰ ਕੁਛ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਥੋੜ੍ਹਾ ਜਿਹਾ ਆਪਣੀ ਲੀਡਰੀ ਚਮਕਾਉਣ ਲਈ ਕੋਈ ਬਾਹਰ ਜਿੰਦਾਬਾਦ ਮੁਰਦਾਬਾਦ ਇੱਥੇ ਮੇਰੇ ਕੋਲ ਆਏ। ਸਾਡੇ ਇੱਕ ਸੈਕਟਰੀ ਦੀ ਤਬੀਅਤ ਥੋੜ੍ਹੀ ਜਿਹੀ ਖਰਾਬ ਹੋਣ ਕਰਕੇ ਉਹ ਮੈਡੀਸਨ ਲੈਣ ਗਿਆ ਸੀ 10 ਮਿੰਟ ਵਾਸਤੇ। ਮੈਂ ਕਿਹਾ ਮੇਰੀ ਫੋਨ 'ਤੇ ਗੱਲ ਹੋ ਰਹੀ ਹੈ, ਉਹ 10 ਮਿੰਟ 'ਚ ਆ ਰਹੇ ਆ। ਮੈਨੂੰ ਕਹਿੰਦੇ ਅਸੀਂ ਬਾਹਰ ਬੈਠਦੇ ਹਾਂ ਅਤੇ ਉੱਥੋਂ ਇੱਥੋਂ ਜਿੰਦਾਬਾਦ ਮੁਰਦਾਬਾਦ ਕਰਦੇ, ਉੱਥੇ ਜਾ ਕੇ ਚੌਂਕ 'ਚ ਬੈਠ ਗਏ ਆ। ਸੋ ਅਸੀਂ ਉਹਨਾਂ ਨੂੰ ਕੁਛ ਨਹੀਂ ਕਹਿਣਾ ਚਾਹੁੰਦੇ, ਪਰ ਸਾਡੇ ਵੱਲੋਂ ਜਿਹੜੀ ਸਾਡੀ ਪ੍ਰੋਸੀਜਰ ਮੁਤਾਬਕ ਕੰਮ ਆ, ਸਾਡਾ ਬਿਲਕੁਲ ਸਹੀ ਚੱਲ ਰਿਹਾ। ਅਸੀਂ ਕਿਸੇ ਦਾ ਵੀ NOC ਨਹੀਂ ਰੋਕਿਆ, ਸਾਡੇ ਮਾਣਯੋਗ ਮੰਤਰੀ ਸਾਹਿਬ ਵੱਲੋਂ, ਸਾਡੇ ਹਲਕੇ ਦੇ MLA ਸਾਹਿਬ ਖੁਦ ਇਸ ਡਿਪਾਰਟਮੈਂਟ ਦੇ ਮਿਨਿਸਟਰ ਹੋਣ ਕਰਕੇ ਅਸੀਂ ਉਹਨਾਂ ਦੇ ਨਾਂ 'ਤੇ ਕਿਸੇ ਤਰ੍ਹਾਂ ਦੀ ਗੱਲ ਨਹੀਂ ਆਉਣ ਦੇਣਾ ਚਾਹੁੰਦੇ। ਪਰ ਜੇ ਕੋਈ ਅਪੋਜੀਸ਼ਨ ਵਾਲੇ ਆਪਣੀ ਲੀਡਰੀ ਚਮਕਾਉਣ ਲਈ ਸਾਡੀ ਬਦਨਾਮੀ ਕਰਨਾ ਚਾਹੁੰਦੇ ਤਾਂ ਉਹਨਾਂ ਦੀ ਮਰਜ਼ੀ, ਸਾਡੇ ਕੋਲ ਕੋਈ ਵੀ ਪੈਂਡੈਂਸੀ ਨਹੀਂ ਹੈਗੀ ਹੁਣ ਤੱਕ। ਜਿਹੜੇ ਕੰਪਲੀਟ ਨੇ ਉਹ ਸਾਰੇ ਅਸੀਂ ਨੰਬਰ ਲਾ ਕੇ ਜਾਰੀ ਕਰ ਚੁੱਕੇ ਹਾਂ, ਬਿਨਾਂ ਕਿਸੇ ਪਾਰਟੀ ਦੇ। ਅਸੀਂ ਕਿਸੇ ਨੂੰ ਨਹੀਂ ਪੁੱਛਿਆ ਵੀ ਤੇਰੀ ਕਿਹੜੀ ਪਾਰਟੀ ਆ, ਅਤੇ ਕਿਸੇ ਨੂੰ ਵੀ ਅਸੀਂ ਕਿਸੇ ਦਾ ਵੀ ਰੋਕਿਆ। ਵੀਡੀਓ ਸਾਹਿਬ ਅੱਜ ਬਾਹਰ ਧਰਨਾ ਲੱਗਿਆ, ਦੋਸ਼ ਲਾ ਰਹੇ ਨੇ ਵੀ ਸਾਨੂੰ NOC ਆ ਚੁੱਲ੍ਹਾ ਟੈਕਸ ਦੀ ਰਸੀਦ ਨਹੀਂ ਕੋਈ ਦਿੰਦੇ। ਬੇਨਤੀ ਹੈ ਜੀ, 27 ਤਰੀਕ ਤੋਂ ਨੋਮੀਨੇਸ਼ਨ ਸ਼ੁਰੂ ਹੋਈਆਂ ਨੇ। ਅਸੀਂ ਸ਼ਨੀ ਐਤਵਾਰ ਵੀ ਫੁੱਲ ਡੇ ਲਾਇਆ, ਦੋ ਛੁੱਟੀਆਂ ਸੀ 2 ਅਤੇ 3 ਤਰੀਕ ਦੀਆਂ, ਉਸ ਦਿਨ ਵੀ ਫੁੱਲ ਡੇ ਲਾਇਆ। ਕੱਲ੍ਹ ਸ਼ਾਮ ਤੱਕ ਦੀ ਸਾਡੇ ਕੋਲ ਕੋਈ ਪੈਂਡੈਂਸੀ ਨਹੀਂ, ਕੋਈ ਵੀ ਵਿਅਕਤੀ ਅਜਿਹਾ ਨਹੀਂ ਜਿਹਦੇ ਕੋਲ, ਜਿਹਨੂੰ ਅਸੀਂ NOC ਨਾ ਦਿੱਤੀ ਹੋਵੇ। ਕੱਲ੍ਹ ਸ਼ਾਮ ਤੱਕ ਜਿੰਨੇ ਵੀ ਸਾਡੇ ਕੋਲ ਆਏ ਸੀ ਉਹਨਾਂ ਨੂੰ ਅਸੀਂ NOC ਦਿੱਤੀ। ਅਸੀਂ ਚਲੋ ਇਹ ਵੀ ਕਿਹਾ, ਕਿਉਂਕਿ ਦੋ ਆਪਸ਼ਨਸ ਹੁੰਦੀਆਂ ਨੇ, ਇੱਕ ਸਿੱਧਾ ਐਫੀਡੇਵਿਟ ਲਾ ਕੇ ਫਾਰਮ ਭਰ ਦੇਣਾ, ਇੱਕ NOC ਲੈ ਕੇ ਫਾਰਮ ਭਰ ਦੇਣਾ। ਜਿਹੜੇ ਪਹਿਲਾਂ ਪੰਚ ਸਰਪੰਚ ਨਹੀਂ ਰਹੇ ਹੁੰਦੇ ਉਹ ਸਿੱਧਾ ਐਫੀਡੇਵਿਟ ਲਾ ਕੇ ਵੀ ਫਾਰਮ ਭਰ ਸਕਦੇ ਆ, ਉਹਨਾਂ ਲਈ ਸੌਖਾ ਹੁੰਦਾ। ਸੋ ਅਸੀਂ ਜਿਹੜੇ ਵੀ ਸਾਡੇ ਕੋਲ ਆਈਆਂ ਨੇ, ਕੱਲ੍ਹ ਤੱਕ ਸਾਡਾ ਸਾਰਾ ਡਿਸਪੋਜ਼ਡ ਆਫ ਆ। ਅਸੀਂ 180 ਪਲੱਸ ਜਿਹੜੀਆਂ ਸੀ NOC ਦੇਤੀਆਂ ਸੀ ਕੱਲ੍ਹ ਤੱਕ। ਅੱਜ ਵੀ ਜਿਹੜੇ ਸਾਡੇ ਕੋਲ ਆ ਰਿਹਾ, ਜੇ ਹੁਣ ਕਹੇ ਵੀ 5 ਮਿੰਟਾਂ 'ਚ NOC ਮਿਲ ਜਾਏਗੀ, 5 ਮਿੰਟਾਂ 'ਚ ਤਾਂ ਨਹੀਂ ਮਿਲਦੀ। ਸਾਡੀ ਪ੍ਰੋਸੈਸ ਹੁੰਦੀ ਹੈ, ਡਾਇਰੀ ਹੋਣ ਤੋਂ ਬਾਅਦ ਪੰਚਾਇਤ ਸੈਕਟਰੀ ਨੇ ਰਿਪੋਰਟ ਕਰਨੀ ਹੁੰਦੀ ਹੈ, ਪ੍ਰਬੰਧਕ ਨੇ ਕਰਨੀ ਹੁੰਦੀ ਹੈ, JEE ਨੇ ਕਰਨੀ ਹੁੰਦੀ ਹੈ, ਪੰਚਾਇਤ ਅਫਸਰ ਨੇ ਕਰਨੀ ਹੁੰਦੀ ਹੈ, ਉਸ ਤੋਂ ਬਾਅਦ ਅਸੀਂ ਸਰਟੀਫਿਕੇਟ ਜਾਰੀ ਕਰਦੇ ਹਾਂ। ਅਸੀਂ ਸਵੇਰ ਦੇ ਮੇਰੇ ਖਿਆਲ 25 ਦੇ ਕਰੀਬ ਹੋ ਗਏ ਆਪਣੇ, ਅਸੀਂ 25 ਦੇ ਕਰੀਬ ਜਿਹੜੇ ਨੇ ਸਵੇਰ ਦੇ ਸਰਟੀਫਿਕੇਟ ਜਾਰੀ ਕਰ ਚੁੱਕੇ ਹਾਂ। ਜਿੰਨੇ ਵੀ ਸਾਡੇ ਕੋਲ ਆਈ ਜਾ ਰਹੇ ਆ, ਹੁਣ ਸਾਡੇ ਕੋਲ ਇਸ ਵੇਲੇ ਕੋਈ ਪੈਂਡਿੰਗ ਨਹੀਂ। ਆ ਲਾਸਟ 2 ਮੇਰੇ ਕੋਲ ਜਿਹੜੇ ਹੁਣੇ ਸਾਈਨ ਹੋਏ ਆ, ਜਿਹੜੇ ਕੰਪਲੀਟ ਨੇ,
ਉਹ ਜਿਹੜੇ ਇਨਕੰਪਲੀਟ ਲੈ ਕੇ ਆਉਂਦੇ ਉਹਨਾਂ ਨੂੰ ਕੰਪਲੀਟ ਕਰਨ ਲਈ ਪੰਚਾਇਤ ਸੈਕਟਰੀ PO ਕੋਲ ਸਾਨੂੰ ਦੁਬਾਰਾ ਭੇਜਣਾ ਪੈਂਦਾ। ਇਸ ਕਰਕੇ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਨਹੀਂ ਦਿੱਤੀ ਜਾ ਰਹੀ, ਪਰ ਅਸੀਂ ਉਹਨਾਂ ਨੂੰ ਕੁਛ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਥੋੜ੍ਹਾ ਜਿਹਾ ਆਪਣੀ ਲੀਡਰੀ ਚਮਕਾਉਣ ਲਈ ਕੋਈ ਬਾਹਰ ਜਿੰਦਾਬਾਦ ਮੁਰਦਾਬਾਦ ਇੱਥੇ ਮੇਰੇ ਕੋਲ ਆਏ। ਸਾਡੇ ਇੱਕ ਸੈਕਟਰੀ ਦੀ ਤਬੀਅਤ ਥੋੜ੍ਹੀ ਜਿਹੀ ਖਰਾਬ ਹੋਣ ਕਰਕੇ ਉਹ ਮੈਡੀਸਨ ਲੈਣ ਗਿਆ ਸੀ 10 ਮਿੰਟ ਵਾਸਤੇ। ਮੈਂ ਕਿਹਾ ਮੇਰੀ ਫੋਨ 'ਤੇ ਗੱਲ ਹੋ ਰਹੀ ਹੈ, ਉਹ 10 ਮਿੰਟ 'ਚ ਆ ਰਹੇ ਆ। ਮੈਨੂੰ ਕਹਿੰਦੇ ਅਸੀਂ ਬਾਹਰ ਬੈਠਦੇ ਹਾਂ ਅਤੇ ਇੱਥੋਂ ਜਿੰਦਾਬਾਦ ਮੁਰਦਾਬਾਦ ਕਰਦੇ ਉੱਥੇ ਜਾ ਕੇ ਚੌਂਕ 'ਚ ਬੈਠ ਗਏ ਆ। ਸੋ ਅਸੀਂ ਉਹਨਾਂ ਨੂੰ ਕੁਛ ਨਹੀਂ ਕਹਿਣਾ ਚਾਹੁੰਦੇ, ਪਰ ਸਾਡੇ ਵੱਲੋਂ ਜਿਹੜੀ ਸਾਡੀ ਪ੍ਰੋਸੀਜਰ ਮੁਤਾਬਕ ਕੰਮ ਆ ਸਾਡਾ ਬਿਲਕੁਲ ਸਹੀ ਚੱਲ ਰਿਹਾ। ਅਸੀਂ ਕਿਸੇ ਦਾ ਵੀ NOC ਨਹੀਂ ਰੋਕਿਆ। ਸਾਡੇ ਮਾਣਯੋਗ ਮੰਤਰੀ ਸਾਹਿਬ ਵੱਲੋਂ, ਸਾਡੇ ਹਲਕੇ ਦੇ MLA ਸਾਹਿਬ ਖੁਦ ਇਸ ਡਿਪਾਰਟਮੈਂਟ ਦੇ ਮਿਨਿਸਟਰ ਹੋਣ ਕਰਕੇ ਅਸੀਂ ਉਹਨਾਂ ਦੇ ਨਾਂ 'ਤੇ ਕਿਸੇ ਤਰ੍ਹਾਂ ਦੀ ਗੱਲ ਨਹੀਂ ਆਉਣ ਦੇਣਾ ਚਾਹੁੰਦੇ। ਪਰ ਜੇ ਕੋਈ ਅਪੋਜੀਸ਼ਨ ਵਾਲੇ ਆਪਣੀ ਲੀਡਰੀ ਚਮਕਾਉਣ ਲਈ ਸਾਡੀ ਬਦਨਾਮੀ ਕਰਨਾ ਚਾਹੁੰਦੇ ਤਾਂ ਉਹਨਾਂ ਦੀ ਮਰਜ਼ੀ। ਸਾਡੇ ਕੋਲ ਕੋਈ ਵੀ ਪੈਂਡੈਂਸੀ ਨਹੀਂ ਹੈਗੀ ਹੁਣ ਤੱਕ। ਜਿਹੜੇ ਕੰਪਲੀਟ ਨੇ ਉਹ ਸਾਰੇ ਅਸੀਂ ਨੰਬਰ ਲਾ ਕੇ ਜਾਰੀ ਕਰ ਚੁੱਕੇ ਹਾਂ, ਬਿਨਾਂ ਕਿਸੇ ਪਾਰਟੀ ਦੇ। ਅਸੀਂ ਕਿਸੇ ਨੂੰ ਨਹੀਂ ਪੁੱਛਿਆ ਵੀ ਤੇਰੀ ਕਿਹੜੀ ਪਾਰਟੀ ਆ, ਅਤੇ ਕਿਸੇ ਨੂੰ ਵੀ ਅਸੀਂ ਕਿਸੇ ਦਾ ਵੀ ਰੋਕਿਆ।